सबस्क्राइब करो निडर आवाज टीवी नू ते ताजा वीडियोस पाउन लई बेल दा बटन दबाओ। पिंड नारली विखे गरीब परिवारां लई प्रधानमंत्री गरीब कल्याण योजना तहत वंडी जा रही कणक विच वड्डे घपले दी आशंका। गरीब लोगों नू कणक ना मिलन ते पिंड वासियां ने पंजाब सरकार ते खुराक सप्लाई विभाग खिलाफ कीती नारेबाजी। खुराक सप्लाई विभाग दे कैबिनेट मंत्री श्री भारत भूषण आशू जी वल्लों प्रधानमंत्री गरीब कल्याण योजना तहत तरन तारण के कुल 1,54,890 परिवारों के लिए 6,35,642 जीआं नूं कणक का लाभ देने का ऐलान किया गया है। उत्थे ही जिला तरन तारण अधीन पेंदे पिंडां विच कणक की वंड नूं लैके लोगों विच भारी रोस वेखण नूं मिल रहा है। अजिहा ही वेखण नूं मिलिया जिला तरन तारण के पिंड नारली विखे जिथे लोगों वल्लों खुराक सप्लाई विभाग ते पंजाब सरकार खिलाफ नारेबाजी की गई। लोगों का कहना है कि पिंड नारली विच 5 डिपो होल्डर हैं जो कि आम लोगों नूं खज्जल खुआर कर रहे हैं। उन्हें कहा कि असी जदों डिपो होल्डर कोलों उन्हां कोल आईआं लिस्टां बारे पुछदे हाँ तां डिपो होल्डर वल्लों लिस्टां विखाउण विच आनाकानी की जाती है। उधर जदों मौके ते पत्रकारां दी टीम डिपो होल्डर सविंदर सिंह दे घर पुजी तां वेखण नूं मिलिया कि डिपो होल्डर वल्लों पत्रकारां नूं वेख के ही तोल वाले कंडे नूं कढ रहे सन, परंतु पहला बिना तोल तो कणक वंड के लोगों के अखी घटा पाया जा रहा सी। कणक वंड समय ना तो पिंड का कोई मोहतबार सी, ना ही खुराक सप्लाई विभाग का कोई इंस्पैक्टर मौजूद सी, ना ही GOG। जदों इस संबंधी पत्रकारों वालों खुराक सप्लाई विभाग के इंस्पैक्टर सुखमिंदर सिंह नाल गलबात की गई तो वह भी डिपो होल्डर का पक्ष पूरते नज़र आए। ਨਾਮ ਜੀ ਦਵਿੰਦਰ ਸਿੰਘ ਪਿੰਡ ਨਾਰਲੀ 80 ਵਰਗ ਨਾਲ ਮੈਂ ਸੰਬੰਧਿਤ ਹਾਂ ਅਤੇ ਮੈਂ ਭੱਠਾ ਮਜ਼ਦੂਰ ਹੈਗਾ ਅਤੇ ਸਾਡੇ ਪਿੰਡ ਦੇ ਵਿੱਚ 5 ਡਿਪੂ ਹੋਲਡਰ ਹੈ ਜੋ ਬਕਾਇਦਾ ਕੋਈ 5 ਦਿਨ ਦੀ ਕੋਈ 10 ਦਿਨ ਦਾ ਫਰਕ ਪਾ ਕੇ ਆਪਦੇ ਵਾਰੀ ਵਾਰੀ ਨਾਲ ਪਿੰਡ 'ਚ ਕਣਕ ਵੰਡਦੇ ਕਿ ਜਿੱਦਾਂ ਮੇਰੀ ਕਣਕ ਕੱਟੀ ਗਈ ਤਾਂ ਮੈਨੂੰ ਆਉਂਦੇ ਤੇਰੀ ਫਲਾਣੇ ਡਿਪੂ ਜਾਊਗੀ ਟੀਮਕੜੇ ਜਾਊਗੀ। ਮੈਂ 5 ਤੋਂ 15 ਤੋਂ 25 ਦਿਨ ਤੱਕ ਖਰਾਬ ਹੁੰਦਾ ਰਹਿੰਦਾ, ਮੈਨੂੰ ਅੰਤ ਵਿੱਚ ਖਾਲੀ ਹੱਥ ਹੀ ਮੁੜਨਾ ਪੈਂਦਾ, ਜੋ ਕਿ ਮੈਂ ਚਾਹੁੰਦਾ ਕਿ ਸਾਡੇ ਮੇਰੇ ਨਾਲ ਜਿਹੜੇ ਹੋਰ ਵੀ ਪਰਿਵਾਰਾਂ ਨਾਲ ਇੱਦਾਂ ਧੱਕੇ ਸ਼ਾਹੀ ਹੋ ਰਹੀ ਆ, ਉਹਨਾਂ ਨੂੰ ਕਣਕ ਵੰਡਦਾ ਹੱਕ ਦਿੱਤਾ ਜਾਵੇ। ਜੋ ਅੱਜ ਦੀ ਗੱਲ ਅੱਜ ਫਿਰ ਵੰਡ ਰਿਹਾ ਅਤੇ ਅਸੀਂ 4 ਤੋਂ 5 ਆਦਮੀ ਡਿਪੂ ਹੋਲਡਰ ਨੂੰ ਮਿਲੇ, ਉਹ ਕਹਿ ਰਿਹਾ ਕਿ ਮੈਂ ਲਿਸਟਾਂ ਦੇ ਆਧਾਰ 'ਤੇ ਕਣਕ ਦਊਂਗਾ, ਇਹਦੋਂ ਵੱਧ ਮੈਂ ਕੁਛ ਨਹੀਂ ਦੇ ਸਕਦਾ। ਜਿਹਨਾਂ ਨੂੰ ਪਹਿਲਾਂ ਨਹੀਂ ਮਿਲੀ ਉਹਨਾਂ ਨੂੰ ਅੱਜ ਵੀ ਨਹੀਂ ਮਿਲੂਗੀ ਅਤੇ ਅੱਗੇ ਦੀ ਵੀ ਕੋਈ ਮੈਂ ਗਰੰਟੀ ਨਹੀਂ ਦੇ ਸਕਦਾ। ਕਿੰਨੇ ਪਰਿਵਾਰ ਹੈ ਜਿਹਨਾਂ ਨੂੰ ਕਣਕ ਨਹੀਂ ਮਿਲੀ? ਇੱਥੋਂ ਸਾਡੇ ਜਿਹੜੇ ਹੁਣ ਇਸ ਵਕਤ ਮੌਜੂਦ ਹੈ ਮੇਰੇ ਪਾਸ, ਇਹ 25 ਤੋਂ 30 ਪਰਿਵਾਰ ਹੈ ਅਤੇ ਉੱਦਾਂ ਸਾਡੇ ਪਿੰਡ ਦੇ ਵਿੱਚ 100 ਤੋਂ 95 ਪਰਿਵਾਰ ਹੋ ਸਕਦੇ ਜਿਨ੍ਹਾਂ ਨੂੰ ਟੋਟਲ ਕਣਕ ਨਹੀਂ ਮਿਲਦੀ। ਕਿਸ ਤਰ੍ਹਾਂ ਦੀ ਮੰਗ ਕਰਦੇ ਸਰਕਾਰ ਪਾਸ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਹੀ ਕਣਕ ਦਿੱਤੀ ਜਾਵੇ, ਜੇ ਨਹੀਂ ਸਾਨੂੰ ਦੇਣੀ ਤਾਂ ਸਾਨੂੰ ਦੱਸਿਆ ਜਾਵੇ ਕਿ ਅਸੀਂ SC ਵਰਗ ਨਹੀਂ ਜਰਨਲ ਵਰਗ ਹਾਂ, ਸਾਡੀਆਂ ਜ਼ਮੀਨਾਂ ਦੱਸੀਆਂ ਜਾਣ ਕਿ ਅਸੀਂ ਪਾਕਿਸਤਾਨ ਤੋਂ ਆਏ ਹਾਂ ਕਿ ਸਾਡਾ ਲਿਸਟਾਂ ਵਿੱਚ ਨਾਂ ਨਹੀਂ ਹੈਗਾ, ਵੀ ਸਾਨੂੰ ਬਕਾਇਦਾ ਤੌਰ 'ਤੇ ਦੱਸਿਆ ਜਾਵੇ। ਨਾਮ ਹੈ ਆਪਣਾ? ਹਾਂਜੀ, ਮੇਰਾ ਨਾਮ ਜੋਗਾ ਸਿੰਘ ਹੈ ਜੀ। ਕੀ ਮਸਲਾ ਹੈ ਸਾਰਾ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਕਣਕ ਨੂੰ ਲੈ ਕੇ ਵਿਵਾਦ ਚੱਲ ਰਿਹਾ? ਹਾਂਜੀ, ਕਣਕ ਤੋਂ ਜਿਹੜਾ ਵਿਵਾਦ ਚੱਲ ਰਿਹਾ ਜੀ, ਅੱਜ ਪਹਿਲਾਂ ਵੀ ਜਿਹੜੇ ਵੀ ਖਾਸ ਕਰਕੇ ਡਿਪੂ ਹੋਲਡਰਾਂ ਨੇ ਕੀਤਾ ਵੀ ਜਿਹੜੇ SC ਕੋਟੇ ਦੇ ਜੀਵ ਸੀ ਜਾਂ BC OBC ਵਰਗ ਦੇ ਲੋਕ ਸੀ ਉਹਨਾਂ ਦੇ ਡਿਪੂ ਦੇ ਵਿੱਚ ਨਾਮ ਕੱਟ ਦਿੱਤੇ ਗਏ ਵੀ ਤੁਹਾਡਾ ਜਿਹੜਾ ਵੀ ਨਾਮ ਕੱਟਿਆ ਗਿਆ ਤੁਹਾਨੂੰ ਕਣਕ ਨਹੀਂ ਮਿਲਣੀ, ਅਤੇ ਅੱਜ ਵੀ ਉਹੀ ਕੰਮ ਹੋ ਰਿਹਾ ਵੀ ਜਦੋਂ ਕਿ ਭਾਰਤ ਸਰਕਾਰ ਵੱਲੋਂ ਗਰੀਬ ਪਰਿਵਾਰ ਕਲਿਆਣ ਯੋਜਨਾ ਤਹਿਤ ਜਿਹੜੀ ਕਣਕ ਮਿਲ ਰਹੀ ਅਤੇ ਉਹਦੇ ਤਹਿਤ ਵੀ ਅੱਜ ਜਦੋਂ ਕਿ ਡਿਪੂ ਹੋਲਡਰ ਦੇ ਨਾਲ ਸਾਡੀ ਗੱਲ ਹੋਈ ਅਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੀ ਇਹ ਕਣਕ ਆ ਇਹ ਅਸੀਂ ਲਿਸਟਾਂ ਦੇ ਆਧਾਰ 'ਤੇ ਵੰਡਣੀ, ਅਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਲਿਸਟਾਂ ਦੇ ਆਧਾਰ 'ਤੇ ਨਹੀਂ, ਇਹ ਸਾਰੇ ਪਿੰਡ ਵਾਸਤੇ ਹਰੇਕ ਵਰਗ ਦੇ ਗਰੀਬ ਵਰਗ ਵਾਸਤੇ ਜਿਹੜੀ ਇਹ ਕਣਕ ਆਈ, ਅਤੇ ਉਹਨਾਂ ਨੇ ਇਹ ਸਾਡੇ ਨਾਲ ਗਾੜੀ ਨੂੰ ਬਿਆਨ ਕੀਤਾ ਕਿ ਜਿੰਨਾ ਚਿਰ ਇਹ ਕਣਕ ਆਈ ਹੈ ਮੈਂ ਲਿਸਟਾਂ ਦੇ ਆਧਾਰ 'ਤੇ ਵੰਡਾਂਗਾ, ਉਸ ਤੋਂ ਬਾਅਦ ਜੇਕਰ ਇਹ ਕਣਕ ਵੱਜਦੀ ਹੈ ਅਤੇ ਜਿਨ੍ਹਾਂ ਦੇ ਡਿਪੂ ਕੋਟੇ ਵਿੱਚੋਂ ਨਾਮ ਕੱਟੇ ਨੇ ਜਾਂ ਜਿਹੜੇ ਬਚਦੇ ਨੇ ਗਰੀਬ ਕੋਟੇ ਗਰੀਬ ਵਰਗ ਦੇ ਲੋਕ, ਮੈਂ ਫਿਰ ਉਹਨਾਂ ਨੂੰ ਕਣਕ ਦੇਵਾਂਗਾ, ਉਹਨਾਂ ਚਿਰ ਮੈਂ ਉਹਨਾਂ ਨੂੰ ਕਣਕ ਨਹੀਂ ਦੇ ਸਕਦਾ। ਅਤੇ ਜਦੋਂ ਅਸੀਂ ਉਹਨਾਂ ਨਾਲ ਇਹ ਗੱਲਬਾਤ ਵਾਸਤੇ ਪੁੱਛਿਆ ਕਿ ਤੁਸੀਂ ਸਾਡੇ ਨਾਲ ਡਿਪੂ ਇੰਸਪੈਕਟਰ ਦੇ ਕੋਲ ਚੱਲੋਗੇ, ਅਤੇ ਉਹਨਾਂ ਨੇ ਸਾਨੂੰ ਗੋਲਮੋਲ ਗੱਲ ਦੇ ਵਿੱਚ ਕਹਿ ਦਿੱਤਾ ਕੋਈ ਨਹੀਂ ਜੇ ਮੈਂ ਜ਼ਰੂਰ ਤੁਹਾਡੇ ਨਾਲ ਵੇਖਾਂਗਾ, ਜੇ ਰੋਕ ਲੱਗਾ ਮੈਂ ਜ਼ਰੂਰ ਜਾਵਾਂਗਾ। ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ। ਕਿਸ ਤਰ੍ਹਾਂ ਅਸੀਂ ਜੀ ਇਹੋ ਮੰਗ ਕਰਦੇ ਹਾਂ ਕਿ ਜਿਹੜੀ ਸਾਡੀ ਗਰੀਬ ਪਰਿਵਾਰ ਕਲਿਆਣ ਯੋਜਨਾ ਤਹਿਤ ਜਿਹੜੀ ਵੀ ਗਰੀਬ ਵਰਗ ਦੀ
कणक आई है, दाल आई है, होर भी जिहड़ी इहदे नाल समग्री आई वह सारे गरीब परिवार वर्ग नूं मिलनी चाहीदी है। की नाम है अपना? नाम कवलजीत कौर, पिंड नारली। यार कणक नूं लैके कुछ विवाद चल रहा तुहाडे पिंड दे विच, की मसला है सारा? यह सारा मसला गरीब वर्ग का है, क्योंकि सारे कुछ परिवार ने गरीब वर्ग विच जिन्हां नूं कणक नहीं मिलती हैगी। ਕਿੰਨੇ ਪਰਿਵਾਰ ਹੈ ਜੀ ਜਿਨ੍ਹਾਂ ਨੂੰ ਕਣਕ ਨਹੀਂ ਮਿਲਦੀ? ਇਹ 90 ਤੋਂ 100 ਪਰਿਵਾਰ ਹੈਗਾ ਜਿਨ੍ਹਾਂ ਨੂੰ ਕਣਕ ਨਹੀਂ ਮਿਲਦੀ। ਤੁਸੀਂ ਡਿਪੂ ਹੋਲਡਰ ਕੋਲ ਗਏ ਸੀਗੇ? ਹਾਂਜੀ ਵੀਰ ਜੀ ਨੇ ਡਿਪੂ ਹੋਲਡਰ ਕੋਲ ਗਏ ਸੀ, ਉਹਨਾਂ ਨੇ ਕਿਹਾ ਹੈਗਾ ਹੈ ਵੀ ਜਿਹੜੀ ਜਿਨ੍ਹਾਂ ਦਾ ਲਿਸਟ ਵਿੱਚ ਨਾਂ ਹੈਗਾ ਉਹਨਾਂ ਨੂੰ ਪਹਿਲਾਂ ਕਣਕ ਦਿੱਤੀ ਜਾਏਗੀ, ਜੇ ਬਚਦੀ ਹੋਈ ਤਾਂ ਫਿਰ ਦੂਸਰੇ ਵਰਗ ਨੂੰ ਦਿੱਤੀ ਜਾਏਗੀ। ਕਿਸ ਤਰ੍ਹਾਂ ਦੀ ਜਿਹੜੀ ਉਹ ਮੰਗ ਕਰਦੇ ਸਰਕਾਰ ਪਾਸੋਂ? ਅਸੀਂ ਇਹੀ ਮੰਗ ਕਰਦੇ ਹਾਂ ਕਿ ਇਨਕੁਆਇਰੀ ਕੀਤੀ ਜਾਵੇ ਅਤੇ ਜਿਹੜੇ ਪਰਿਵਾਰ ਬਚਦੇ ਉਹਨਾਂ ਨੂੰ ਵੀ ਕਣਕ ਦਿੱਤੀ ਜਾਵੇ, ਜਿਵੇਂ ਕਿ ਕੁਛ ਗਰੀਬ ਪਰਿਵਾਰ ਉਹਨਾਂ ਨੂੰ ਕਣਕ ਨਹੀਂ ਮਿਲਦੀ ਹੈਗੀ। ਸਰ ਪਿੰਡ ਨਾਰਲੀ ਦੇ ਵਿੱਚ ਬਹੁਤ ਸਾਰੇ ਲੋਕ ਨਾਅਰੇਬਾਜ਼ੀ ਕਰ ਰਹੇ ਆ ਵੀ ਜਿਹੜੇ ਡਿਪੂ ਹੋਲਡਰ ਹੈ ਉਹ ਕਣਕ ਨਹੀਂ ਉਹਨਾਂ ਨੂੰ ਦੇ ਰਿਹਾ ਜਿਹੜੀ ਸਰਕਾਰ। ਜਿਹੜੀ ਨਾਅਰੇਬਾਜ਼ੀ ਕਰਦੇ ਪਏ ਆ ਉਹ ਜਤਿੰਦਰ ਕੁਮਾਰ ਦੇ ਡਿਪੂ ਦੀ ਹੈ ਜੀ। ਉਹ ਕਣਕ ਅੱਜ ਸਿਰਫ ਗਿਆਨ ਸਿੰਘ ਦੀ ਡਿਪੂ ਕਣਕ ਵੰਡੀ ਗਈ ਆ ਅਤੇ ਜਤਿੰਦਰ ਕੁਮਾਰ ਦੀ ਡਿਪੂ ਦੀ ਕਣਕ ਨਹੀਂ ਵੰਡੀ ਗਈ, ਪਰ ਉਹਦੀ ਸਪਲਾਈ ਜਿਹੜੀ ਆ ਗਿਆਨ ਸਿੰਘ ਦੇ ਨਾਲ ਆ ਉਹ ਵੀ ਵੰਡੀ ਜਾਏਗੀ ਜੀ। ਸਰ ਪੰਜ ਤੁਹਾਡੇ ਕੋਲ ਕਿੰਨੇ ਡਿਪੂ ਆ ਟੋਟਲ? ਇਸ ਨਾਰੀ 'ਚ 5 ਡਿਪੂ ਆ ਜੀ। 5 ਡਿਪੂ? ਇਹਦੇ ਜਿਹੜਾ ਡਿਪੂ ਆ ਹਾਂਜੀ ਇਹਦੇ ਵਿੱਚ ਅੱਜ ਕਣਕ ਵੰਡ ਰਿਹਾ ਵਾ। ਬਿਲਕੁਲ ਜੀ। ਰੋਕ ਕੇ ਉਲਵਾਈ? ਹਾਂਜੀ ਅੱਜ ਰੋਕ ਕੇ ਉਲਵਾਈ, ਅੱਜ ਪਹਿਲਾਂ ਸਿੰਦਰ ਸਿੰਘ ਡਿਪੂ ਦੀ ਵੰਡ ਕਰ ਰਹੇ ਹਾਂ ਜੀ। ਉਸ ਤੋਂ ਬਾਅਦ ਇਹਦੇ ਇੱਕ ਸਰ ਉਹ ਪੱਤਰਕਾਰ ਹੋਣ ਤੋਂ ਬਾਅਦ ਡਿਪੂ ਦੀ ਵੰਡ ਹੋਣ ਤੋਂ ਬਾਅਦ ਅਗਲੇ ਡਿਪੂ ਫੇਰੀ ਛੇੜਾਂਗੇ ਜੀ। ਇੱਕ ਸਰ ਪੱਤਰਕਾਰਾਂ ਨੂੰ ਵੇਖ ਕੇ ਕੰਡਾ ਚਾਲੂ ਕਿਉਂ ਕੀਤਾ, ਪਹਿਲਾਂ ਕਿਉਂ ਨਹੀਂ ਕਰਦਾ? ਕੰਡਾ ਉਹਨੇ ਕਹੀ ਕੰਡਾ ਚੱਲਦਾ ਪਿਆ ਸੀ, ਕਹਿੰਦਾ ਜਿਹੜੇ ਚਾਰਜ ਹੀ ਉਹਨਾਂ ਦੇ ਜਿਹੜੀ ਪੈਕਿੰਗ ਆਈ ਆ ਕਣਕ ਦੀ 30 ਕਿਲੋ ਦੀ ਆਈ ਹੈ ਜੀ, ਅਤੇ ਇਸ ਵਾਰੀ ਇੱਕ ਪ੍ਰਤੀ ਜੀ ਨੂੰ 15 ਕਿਲੋ ਮਿਲਣੀ ਹੈ ਜੀ। ਅਤੇ ਜਦੋਂ ਚਾਰ ਜੀਆਂ ਦੀ ਆਹ ਕਣਕ ਆ ਰਹੀ ਤਾਂ ਸਿੱਧੇ 30-30 ਦੋ ਤੋੜੇ ਚੁਕਾ ਰਿਹਾ ਜੀ। ਨਹੀਂ ਹਾਂਜੀ ਅਤੇ ਜਿਹੜਾ ਕੋਈ ਇੱਕ ਜੀ ਰਹਿ ਜਾਂਦਾ ਉਹਦੇ ਵਾਸਤੇ ਕਿ 15 ਕਿਲੋ ਦਾ ਮਾਪਦੰਡ ਰੱਖਿਆ ਵਾ, ਉਹਦੇ ਮਾਪ ਨਾਲ ਉਸਨੂੰ ਵੰਡ ਕੇ ਦੇ ਜਾ ਰਿਹਾ ਜੀ। ਸਰ ਆਪਾਂ ਘਰ ਦੇ ਵਿੱਚ ਕਣਕ ਵੰਡ ਸਕਦੇ? ਇਹ ਡੀਪੂ ਆ ਜੀ, ਡੀਪੂ 'ਤੇ ਵੰਡ ਸਕਦੇ ਜੀ, ਡੀਪੂ 'ਤੇ ਵੰਡ ਸਕਦੇ ਆ। ਘਰ ਦੇ ਵਿੱਚ ਡੀਪੂ? ਘਰ ਦੇ ਵਿੱਚ ਡੀਪੂ, ਡੀਪੂ ਹਾਂਜੀ ਖੁੱਲ੍ਹਾ ਕੋਈ ਨਹੀਂ। ਬਾਹਰ ਨਹੀਂ ਗੁਰਦੁਆਰਾ ਸਾਹਿਬ ਜਾਂ ਖੁੱਲ੍ਹੀ ਥਾਂ 'ਤੇ? ਗੁਰਦੁਆਰਾ ਸਾਂਝੀ ਥਾਂ ਹਾਂਜੀ ਉੱਥੇ ਵੰਡ ਸਕਦੇ ਹਾਂ, ਡੀਪੂ 'ਤੇ ਹੈਗੀ ਆ, ਪਰ ਜਿੱਦਾਂ ਦੇ ਹਾਲਾਤ ਇਸ ਟਾਈਮ ਹੋਏ ਪਏ ਆ। ਸਰ ਜਦੋਂ ਮੀਡੀਆ ਗਿਆ ਵਾ ਉਦੋਂ ਉਹਨਾਂ ਦੇ ਘਰੇ ਬਾਲਟੀ ਰੱਖੀ ਅਤੇ ਬਾਲਟੀ 15 ਕਿਲੋ ਦੀ ਸੀ ਜੀ, ਕਹਿ ਦੇਣਾ ਕਿ 15 ਕਿਲੋ ਜਿਹੜਾ ਡੀਪੂ ਦਾ ਬਿਆਨ ਆਇਆ ਉਹਨੂੰ ਪੁੱਛਿਆ, ਕਹਿੰਦਾ ਕਿ ਬਾਲਟੀ 15 ਕਿਲੋ ਕਣਕ ਪੈਂਦੀ ਸੀ ਇੱਕ ਜੀ ਦੀ, ਜਿੱਦਾਂ ਕੋਈ 3 ਜੀ ਰਹਿੰਦੇ ਆ ਉਹਨੂੰ ਇੱਕ ਤੋੜਾ ਦੇ ਨਾਲ 15 ਕਿਲੋ ਨੂੰ ਕਣਕ ਦੇ ਦਿੰਦੇ ਖੋਲ੍ਹ ਕੇ, ਤੋੜੇ ਸਰਕਾਰ ਦੇ ਮੁੜ ਕੇ ਕੱਲ੍ਹ ਵਾਪਸੀ ਹੋਣੀ ਹੈ ਜੀ। ਹਾਂਜੀ ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।